ਉਸਦੇ ਪਤੀ ਨੇ ਉਸਦੇ ਮੂੰਹ ਤੇ ਗੋਲੀ ਮਾਰੀ ਪਰ ਉਹ ਫੇਰ ਵੀ ਟੁੱਟੀ ਨਹੀਂ afghanistan ਦੁਨੀਆ ਪਰ ਵਿੱਚ ਔਰਤਾ ਲਈ ਮਾੜੀ ਥਾਵਾਂ ਵਿੱਚੋਂ ਇੱਕ ਹੈ ਪਿਛਲੇ ਸਾਲ ਔਰਤਾ ਖਿਲਾਫ ਹਿੰਸਾ ਦੇ 3500 ਕੇਸ ਸਾਹਮਣੇ ਆਏ ਸਨ ਇਹ ਘਟਨਾਵਾਂ ਇਸ ਲਈ ਵੀ ਵੱਧ ਰਹੀਆਂ ਹਨ ਕਿਉਂਕਿ ਸੁਰੱਖਿਆ ਪ੍ਰਬੰਧ ਢਿੱਲੇ ਹੋ ਰਹੇ ਹਨ ਸਸ਼ਿਕਾ ਮੈਂ ਕਵਿਤਾ ਤੇ ਤੁਸੀਂ ਦੇਖ ਰਹੇ ਹੋ ਹਲਚਲ ਟੀਵੀ ਕੈਨੇਡਾ ਤੇ ਅੱਜ ਮੈਂ ਇੱਕ ਅਜੀਬ ਹੀ ਸਟੋਰੀ ਇੱਕ ਅਜੀਬ ਹੀ ਕੁੜੀ ਦੀ ਦਾਸਤਾ ਲੈ ਕੇ ਤੁਹਾਡੇ ਰੂਹ ਬਰੂ ਆਈਆਂ ਜਿਸ ਨੇ ਹਿੰਸਾ ਵਿੱਚ ਆਪਣਾ ਬਚਪਨ ਵੀ ਗੁਜ਼ਾਰ ਦਿੱਤਾ ਤੇ ਵਿਆਹ ਤੋਂ ਬਾਅਦ ਵੀ ਜਦੋਂ ਹਿੰਸਾ ਦਾ ਹੀ ਸ਼ਿਕਾਰ ਹੋਣਾ ਪਿਆ ਤਾਂ ਉਸ ਨੇ ਆਪਣੀ ਆਵਾਜ਼ ਚੁੱਕੀ ਜਿਸ ਤੋਂ ਬਾਅਦ ਜੋ ਵੀ ਹੋਇਆ ਬਹੁਤ ਹੀ ਸ਼ੌਕਿੰਗ ਸੀ ਦੁਖਦਾਈ ਤੇ ਪਾਸਟ ਨੇ ਸ਼ਕੀਲ ਜ਼ਰੀਨ ਨੂੰ ਮਜ਼ਬੂਤ ਬਣਾਇਆ ਸ਼ਕੀਲ ਜ਼ਰੀਨ ਜੋ ਅਫਗਾਨਿਸਤਾਨ ਦੇ ਬੰਗਲਾ ਦੀ ਰਹਿਣ ਵਾਲੀ ਹੈ ਤੇ ਹੁਣ ਕੈਨੇਡਾ ਵਿੱਚ ਰਹਿੰਦੀ ਹੈ ਇਹ ਚਿਹਰਾ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਚਿਹਰੇ ਦੇ ਵਿੱਚ ਤੁਹਾਨੂੰ ਖੁਸ਼ੀ ਤਾਂ ਨਜ਼ਰ ਆ ਰਹੀ ਹੈ ਲੇਕਿਨ ਇਸ ਦੇ ਪਿੱਛੇ ਦੀ ਕਹਾਣੀ ਬਹੁਤ ਜ਼ਿਆਦਾ ਦਰਦਨਾਕ ਹੈ ਜਿਵੇਂ ਜ਼ਰੀਨ ਦੇ ਬਚਪਨ ਦੀ ਗੱਲ ਕਰਾਂ ਤਾਂ ਜ਼ਰੀਨ ਦਾ ਬਚਪਨ ਵੀ ਖੁਸ਼ਹਾਲ ਨਹੀਂ ਸੀ ਜਦੋਂ ਜ਼ਰੀਨ 17 ਸਾਲ ਦੀ ਹੋਈ ਤਾਂ ਉਹਦਾ ਜ਼ਬਰਨ ਵਿਆਹ ਕਰ ਦਿੱਤਾ ਗਿਆ ਜ਼ਰੀਨ ਦਾ ਭਰਾ ਪਤੀ ਦਿਓੜ ਸਾਰੇ ਜ਼ਰੀਨ ਨੂੰ ਕੁੱਟ ਮਾਰ ਕਰਦੇ ਸਨ ਤੇ ਇਸ ਤਰ੍ਹਾਂ ਜ਼ਰੀਨ ਦੀ ਅੱਧੀ ਜ਼ਿੰਦਗੀ ਲੰਘ ਗਈ ਵਿਆਹ ਤੋਂ ਬਾਅਦ ਜ਼ਰੀਨ ਦੇ ਪਤੀ ਨੇ ਜ਼ਰੀਨ ਨੂੰ ਚਾਬੋਕ ਦਿਖਾ ਕੇ ਕਿਹਾ ਖੇਤੂ ਔਰਤ ਹੈ ਤੇਰੀ ਕਿਸਮ ਵਿੱਚ ਮਾਰ ਖਾਣਾ ਹੀ ਹੈ ਤੇ ਇਸ ਦੇ ਉੱਤੇ ਜਦੋਂ ਜ਼ਰੀਨ ਨੇ ਆਪਣੇ ਪਤੀ ਤੋਂ ਪੁੱਛਿਆ ਕਿ ਉਹ ਬੇਵਜਾਈ ਉਸ ਨੂੰ ਕਿਉਂ ਮਾਰਦਾ ਰਹਿੰਦਾ ਜਸਤੇ ਗੁੱਸਾਏ ਉਸਦੇ ਪਤੀ ਨੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਇਸ ਬਾਬਤ ਜ਼ਰੀਨ ਥਾਣੇ ਪਹੁੰਚ ਗਈ ਜਦ ਸਦੇ ਜਾਣਕਾਰੀ ਉਸਦੇ ਪਤੀ ਨੂੰ ਲੱਗ ਗਈ ਤਾਂ ਉਸਦੇ ਪਤੀ ਨੇ ਉਸਦੇ ਚਿਹਰੇ ਤੇ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਬੇਹੋਸ਼ ਹੋ ਗਈ ਹਸਪਤਾਲ ਵਿੱਚ ਜਦੋਂ ਇਸ ਨੂੰ ਹੋਸ਼ ਆਇਆ ਤਾਂ ਇਹ ਬੋਲ ਹੀ ਨਹੀਂ ਸਕੇ ਇਸ ਨੂੰ ਤਾਂ ਇਹ ਸਾਰਾ ਸੁਪਨਾ ਲੱਗ ਰਿਹਾ ਸੀ ਜੋ ਇੱਕ ਛੁਟਕੀ ਦੇ ਵਿੱਚ ਹੀ ਸਾਰੀ ਹਕੀਕਤ ਦੇ ਵਿੱਚ ਬਿਆਹ ਹੋ ਗਈ 25 ਸਾਲ ਦੀ ਸ਼ਕੀਲ ਜ਼ਰੀਨ ਨੂੰ ਉਸਦੇ ਚਿਹਰੇ ਤੇ ਉਸਦੇ ਪਤੀ ਨੇ ਹੀ ਗੋਲੀ ਮਾਰ ਦਿੱਤੀ ਸ਼ਕੀਲ ਦਾ ਡਾਕਟਰਾਂ ਨੇ ਬਾਈ ਆਪਰੇਸ਼ਨ ਕੀਤੇ ਤੇ ਹੁਣ ਉਸ ਹਿੰਮਤ ਵਾਲੀ ਕੁੜੀ ਦਾ ਚਿਹਰਾ ਤੁਹਾਡੇ ਸਾਹਮਣੇ ਹੈ ਜੋ ਹੁਣ ਹੋਰ ਲੋਕਾਂ ਲਈ ਪ੍ਰੇਰਣਾ ਬਣ ਰਹੀ ਹੈ ਇਟਸ ਹੱਥ ਸੇ ਤੋਂ ਬਾਅਦ ਸ਼ਕੀਲ ਆਪਣੇ ਪਤੀ ਨੂੰ ਛੱਡ ਕੇ ਕੈਨੇਡਾ ਆ ਕੇ ਬਸ ਗਈ ਇਹ ਉਹਨਾਂ ਔਰਤਾਂ ਲਈ ਪ੍ਰੇਰਣਾ ਬਣ ਰਹੀ ਹੈ ਜੋ ਹੁਣ ਵੀ ਹਿੰਸਾ ਦਾ ਸ਼ਿਕਾਰ ਹੁੰਦੀ ਨੇ ਜੋ ਹੁਣ ਵੀ ਆਵਾਜ਼ ਨਹੀਂ ਚੁੱਕਦੇ ਨੇ ਜੋ ਹੁਣ ਵੀ ਇਸ ਨੂੰ ਰਸਮ ਸਮਝਦੇ ਨੇ ਕਿ ਪਤੀ ਮੈਨੂੰ ਮਾਰ ਸਕਦਾ ਹੈ ਮੈਂ ਔਰਤ ਹਾਂ ਮੈਨੂੰ ਮਾਰ ਖਾਣ ਦਾ ਹੱਕ ਹੈ ਮੈਨੂੰ ਕੋਈ ਵੀ ਮਾਰ ਸਕਦਾ ਹੈ ਉਹਦੇ ਲਈ ਸ਼ਕੀਲ ਜ਼ਰੀਨ ਪ੍ਰੇਰਣਾ ਬਣ ਰਹੀ ਹੈ ਤੇ ਉਸ ਦਾ ਇਹ ਕਹਿਣਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਜੋ ਔਰਤਾਂ ਨੇ ਉਹਨਾਂ ਦਾ ਕੋਈ ਭਵਿੱਖ ਨਹੀਂ ਹੈ ਤੇ ਮੈਂ ਉਹਨਾਂ ਦੀ ਜ਼ਿੰਦਗੀ ਸਵਾਰਾਂਗੀ ਉਹਨਾਂ ਦੇ ਲਈ ਆਵਾਜ਼ ਚੁੱਕਾਂਗੀ ਤੇ ਇਹ ਜਿਹੜੀ ਅੱਜ ਦੀ ਕਹਾਣੀ ਸੀ ਇਹ ਰੀਅਲ ਲਾਈਫ ਸਟੋਰੀ ਦੇ ਨਾਲ ਇਨਸਪਾਇਰਟਡ ਹੈ ਇਹ ਅਸਲ ਜ਼ਿੰਦਗੀ ਦੇ ਵਿੱਚ ਹੋਇਆ ਹੈ ਸ਼ਕੀਲ ਜ਼ਰੀਨ ਦੀ ਕਹਾਣੀ ਜੋ ਹੁਣ ਖੁਸ਼ ਹੈ ਤੇ ਲੋਕਾਂ ਲਈ ਪ੍ਰੇਰਣਾ ਬਣ ਰਹੀ ਹੈ ਤੇ ਤੁਸੀਂ ਵੀ ਜੇਕਰ ਤੁਹਾਡੇ ਆਸ-ਪਾਸ ਕੋਈ ਇਦਾਂ ਹਿੰਸਾ ਕਰਦਾ ਹੈ ਤਾਂ ਤੁਸੀਂ ਉਸ ਨੂੰ ਜ਼ਰੂਰ ਰੋਕਿਓ ਉਹਨਾਂ ਦੀ ਆਵਾਜ਼ ਬਣੋ ਉਹਨਾਂ ਨੂੰ ਸਪੋਰਟ ਕਰੋ ਤੇ यूं ही ਹਲਚਲ ਟੀਵੀ ਦੇਖਦੇ ਰਹੋ ਜੇ ਤੁਸੀਂ ਹੁਣ ਤੱਕ ਹਲਚਲ ਟੀਵੀ ਕੈਨੇਡਾ ਸਬਸਕ੍ਰਾਈਬ ਲਾਈਕ ਤੇ ਬੈਲ ਆਈਕਨ ਨਹੀਂ ਦੱਬਿਆ ਤਾਂ ਛੇਤੀ ਤੋਂ ਛੇਤੀ ਕਰੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਪਹੁੰਚੇ ਤੇ ਤੁਹਾਡੇ ਤੱਕ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚੇ ਸਤਿ ਸ਼੍ਰੀ ਅਕਾਲ